ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੀਅਨ ਨਿਊਜ਼ ਪੰਜਾਬ। ਮੈਂ ਤਰਨਜੀਤ, ਇਸ ਖਾਸ ਪੇਸ਼ਕਸ਼ 'ਚ ਤੁਹਾਡਾ ਸਵਾਗਤ ਹੈ। ਪੰਜਾਬ 'ਚ ਜਿੱਥੇ ਨਿੱਤ ਦਿਨ ਸਕੂਲਾਂ ਦੀਆਂ ਵੱਖ ਵੱਖ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ, ਉੱਥੇ ਕੁਝ ਸਕੂਲ ਮਿਸਾਲ ਵੀ ਬਣ ਰਹੇ ਨੇ। ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜਲੰਧਰ ਦੇ ਪਿੰਡ ਜਮਸ਼ੇਰ ਖੇੜਾ ਦਾ ਸੀਨੀਅਰ ਸੈਕੰਡਰੀ ਸਕੂਲ। ਜਲੰਧਰ ਦਾ ਇਹ ਸਕੂਲ ਕਿਵੇਂ ਹੈ ਸੂਬੇ ਦੇ ਹੋਰਨਾਂ ਸਕੂਲਾਂ ਤੋਂ ਵੱਖਰਾ, ਆਓ ਵੇਖਦੇ ਹਾਂ। ਇਹ ਖੂਬਸੂਰਤ ਇਮਾਰਤ ਕਿਸੇ ਪ੍ਰਾਈਵੇਟ ਸਕੂਲ ਦੀ ਨਹੀਂ, ਸਗੋਂ ਜਲੰਧਰ ਦੇ ਪਿੰਡ ਜਮਸ਼ੇਰ ਖੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹੈ। ਇਸ ਸਕੂਲ ਵਿੱਚ ਸਮਾਰਟ ਕਲਾਸਰੂਮ, ਖੇਡ ਗਰਾਊਂਡ, ਸਾਫ਼ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੌਜੂਦ ਨੇ। ਵਿਦਿਆਰਥੀਆਂ ਨੂੰ ਪ੍ਰੋਜੈਕਟਰ ਦੇ ਰਾਹੀਂ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਖੇਡਣ ਲਈ ਸਕੂਲ ਵਿੱਚ ਵੱਡੇ ਖੇਡ ਗਰਾਊਂਡ ਵੀ ਨੇ। ਇਸ ਸਕੂਲ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਸਾਨੂੰ ਮਿਲਦੀ ਹੈ। ਇਸ ਸਕੂਲ ਵਿੱਚ ਦੇ ਟੀਚਰ ਬਹੁਤ ਹੀ ਮਿਹਨਤੀ ਹਨ ਅਤੇ ਬੱਚਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਹਨ। ਇਸ ਸਕੂਲ ਵਿੱਚ ਸਾਡੀਆਂ ਸਮਾਰਟ ਕਲਾਸਿਸ ਵੀ ਲੱਗਦੀਆਂ ਹਨ। ਇਸ ਸਕੂਲ ਵਿੱਚ ਕੰਪਿਊਟਰ ਦੇ ਵੀ ਸਾਡੇ ਲਈ ਕੰਪਿਊਟਰ ਲੈਬਸ ਦਾ ਪ੍ਰਬੰਧ ਹੈ, ਹਰ ਵਿਸ਼ੇ ਦੀ ਲੈਬ ਦਾ ਪ੍ਰਬੰਧ। ਮੇਰਾ ਸਕੂਲ ਮੈਨੂੰ ਬਹੁਤ ਪਸੰਦ ਹੈ। ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਪੜ੍ਹਾਈ ਦੇ ਨਵੇਂ ਨਵੇਂ ਤਰੀਕੇ ਹਨ। ਮੈਂ ਚਾਹੁੰਦਾ ਹਾਂ ਕਿ ਮੈਂ ਵੀ ਵੱਡਾ ਹੋ ਕੇ ਟੀਚਰ ਬਣਾਂ। ਸਕੂਲ ਦੀਆਂ ਸੁਵਿਧਾਵਾਂ ਤੋਂ ਇਕੱਲੇ ਵਿਦਿਆਰਥੀ ਨਹੀਂ, ਅਧਿਆਪਕ ਵੀ ਖੁਸ਼ ਨੇ। ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਨਾਲ ਵਿਦਿਆਰਥੀ ਹਰ ਖੇਤਰ ਵਿੱਚ ਚੰਗੀਆਂ ਮੱਲਾਂ ਮਾਰ ਰਹੇ ਨੇ। ਸਕੂਲ ਵਿੱਚ ਕਾਫੀ ਫੈਸਿਲਿਟੀਜ਼ ਹੈ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੰਪਿਊਟਰ ਲੈਬ ਹੈ, ਇੱਥੇ ਆਪਣੇ ਆਪ ਨੈੱਟ ਦੀ ਫੈਸਿਲਿਟੀ ਹੈ ਸਾਡੇ ਕੋਲ। ਬੱਚੇ ਆ ਕੇ ਆਪਣੇ ਕੋਈ ਟੌਪਿਕ ਸਰਚ ਕਰ ਰਹੇ ਹੈ, ਹੈ ਨਾ, ਕੋਈ ਵੀ ਗਾਈਡਲਾਈਨਸ ਉਹਨਾਂ ਨੂੰ ਜ਼ਰੂਰਤ ਹੈ ਤਾਂ ਆਪਾਂ ਸਕੂਲ 'ਚ ਸਾਰੇ ਟੀਚਰਸ ਅਵੇਲੇਬਲ ਹੈ। ਉਹਨਾਂ ਦਾ ਸਟੱਡੀ ਦਾ ਅਸੀਂ ਪੂਰਾ ਧਿਆਨ ਰੱਖਦੇ ਵੀ ਇਹ ਫਿਊਚਰ ਵਿੱਚੋਂ ਕੀ ਬਣਨਾ ਚਾਹੁੰਦੇ ਹੈ, ਉਸ ਹਿਸਾਬ ਨਾਲ ਪੂਰਾ ਉਹਨਾਂ ਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਹੈ। ਉਧਰ ਪ੍ਰਿੰਸੀਪਲ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਦੇ ਵਿਕਾਸ ਵਿੱਚ NRIs ਦਾ ਵੱਡਾ ਯੋਗਦਾਨ ਹੈ। ਉਹਨਾਂ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ ਹੈ, ਜਿਸ ਕਾਰਨ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਸੁਪਨਾ ਸੀਗਾ ਵੀ ਸਕੂਲ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਨਫਰਾਸਟ੍ਰਕਚਰ ਸਕੂਲਾਂ ਦਾ ਸੁਧਾਰਿਆ ਜਾਵੇ, ਕੁਆਲਿਟੀ ਦਿੱਤੀ ਜਾਵੇ, ਤਾਂ ਹੀ ਜਿਹੜੀ ਐਨਰੋਲਮੈਂਟ ਵਧੇਗੀ। ਇਹ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਜਿਹੜਾ ਸਾਡਾ ਸਕੂਲ ਆ ਹੁਣ ਸੈਲਫ ਮੇਡ ਸਕੂਲ ਦੇ ਵਿੱਚ ਇਹ ਆਇਆ, ਅਸੀਂ ਆਪਣੇ ਲੈਵਲ 'ਤੇ ਇਹਨਾਂ ਸਾਲਾਂ ਦੇ ਵਿੱਚ ਤਕਰੀਬਨ 6-7 ਸਾਲਾਂ ਦੇ ਵਿੱਚ 35 ਲੱਖ ਰੁਪਈਆ ਜਿਹੜਾ ਸਕੂਲ ਵੱਖ ਵੱਖ ਕਮਿਊਨਿਟੀ ਤੋਂ ਜਿਹੜਾ ਜਾਂ NRI ਨੇ ਜਾਂ ਪੰਚਾਇਤ ਨੇ ਉਹਨਾਂ ਦੀ ਸਹਾਇਤਾ ਨਾਲ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਪਰ ਜਿਹੜਾ ਲਾਇਆ। ਪੰਜਾਬ ਵਿੱਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੀ ਹਾਲਤ ਇਹ ਹੈ ਕਿ ਮਾਪਿਆਂ ਨੂੰ ਆਪਣੇ ਬੱਚੇ ਨਾ ਚਾਹੁੰਦੇ ਹੋਏ ਵੀ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣੇ ਪੈ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਇਸੇ ਤਰਜ਼ ਦੇ ਸਮਾਰਟ ਬਣਾਇਆ ਜਾਵੇ, ਤਾਂ ਜੋ ਪ੍ਰਾਈਵੇਟ ਸਕੂਲਾਂ ਹੱਥੋਂ ਹੋਣ ਦੀ ਮਾਪਿਆਂ ਦੀ ਲੁੱਟ ਨੂੰ ਰੋਕਿਆ ਜਾ ਸਕੇ। ਜਲੰਧਰ ਤੋਂ ਰਤਨਾਕਰ ਮਿਸ਼ਰਾ ਦੀ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਆਦਰਸ਼ ਸਕੂਲ ਵਰਦਾਨ ਸਾਬਿਤ ਹੋ ਰਹੇ ਨੇ, ਕਿਉਂਕਿ ਇਹਨਾਂ ਸਕੂਲਾਂ 'ਚ ਨਾ ਤਾਂ ਕੋਈ ਫੀਸ ਲਈ ਜਾਂਦੀ ਹੈ ਅਤੇ ਨਾ ਹੀ ਕਿਤਾਬਾਂ ਦਾ ਖਰਚਾ ਹੈ। ਹੋਰ ਤਾਂ ਹੋਰ, ਵਿਦਿਆਰਥੀਆਂ ਨੂੰ ਵਰਦੀ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਅਧਿਆਪਕਾਂ ਦੇ ਪੜ੍ਹਾਉਣ ਦੇ ਚੰਗੇ ਤਰੀਕੇ ਨਾਲ ਵਿਦਿਆਰਥੀਆਂ ਦੇ ਨਤੀਜੇ ਵੀ ਵਧੀਆ ਆਉਂਦੇ ਨੇ ਅਤੇ ਸਕੂਲ ਦੇ ਵਿਦਿਆਰਥੀ ਖੇਡਾਂ 'ਚ ਵੀ ਮੱਲਾਂ ਮਾਰ ਰਹੇ ਨੇ। ਬਠਿੰਡਾ ਦਾ ਇਹ ਆਦਰਸ਼ ਸਕੂਲ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਿਹਾ। ਦਰਅਸਲ ਪੰਜਾਬ ਸਰਕਾਰ ਵੱਲੋਂ ਇਹ ਆਦਰਸ਼ ਸਕੂਲ ਸੂਬੇ ਵਿੱਚ ਉਹਨਾਂ ਗਰੀਬ ਬੱਚਿਆਂ ਲਈ ਖੋਲ੍ਹੇ ਗਏ ਨੇ ਜੋ ਚੰਗੀ ਪੜ੍ਹਾਈ ਦੇ ਨਾਲ ਵਾਂਝੇ ਨੇ। ਇਸ ਸਕੂਲ ਵਿੱਚ CBSE ਦੀ ਇੰਗਲਿਸ਼ ਮੀਡੀਅਮ ਵਿੱਚ ਪੜ੍ਹਾਈ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਸਕੂਲਾਂ ਵਿੱਚ ਨਾ ਤਾਂ ਕੋਈ ਫੀਸ ਹੈ ਅਤੇ ਨਾ ਹੀ ਕਿਤਾਬਾਂ ਦਾ ਕੋਈ ਖਰਚਾ, ਅਤੇ ਵਰਦੀ ਵੀ ਸਰਕਾਰ ਤਰਫੋਂ ਹੀ ਦਿੱਤੀ ਜਾਂਦੀ ਹੈ। ਹਾਂਜੀ, ਸਾਡੇ ਸਕੂਲ ਦੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਟੀਚਰਸ ਬਹੁਤ ਜ਼ਿਆਦਾ ਟ੍ਰੇਨਡ ਹੈ ਅਤੇ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹੈ। ਇੰਗਲਿਸ਼ ਮੀਡੀਅਮ ਹੈ, CBSE ਪੈਟਰਨ ਹੈ ਸਾਡੇ ਸਕੂਲ ਦਾ, ਅਤੇ ਬੱਚਿਆਂ ਨੂੰ ਅਸੀਂ ਹਰੇਕ ਪੱਖ ਤੋਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਸਾਰਾ ਆਲਰਾਊਂਡ ਬੱਚੇ ਦੀ ਡਿਵੈਲਪਮੈਂਟ ਹੋ ਸਕੇ। ਇਸ ਬਾਰੇ ਅਸੀਂ ਅੱਗੇ ਲੈ ਕੇ ਆਉਂਦੇ ਹਾਂ ਬੱਚਿਆਂ ਨੂੰ। ਇੱਥੇ ਫਰੀ ਆਫ ਕੋਸਟ ਐਜੂਕੇਸ਼ਨ ਦਿੱਤੀ ਜਾਂਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਸਾਡਾ ਸਕੂਲ ਹੈ ਉਹ ਕਰੀਕੁਲਮ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੱਧਦਾ ਜਾ ਰਿਹਾ ਹੈ। ਕੁੱਲ 800 ਹੈਗੇ ਹੈ ਸਟੂਡੈਂਟਸ ਹੈ ਔਰ 25 ਟੀਚਰਸ ਹੈ ਸਾਡੇ ਕੋਲ। ਟੀਚਰਸ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੜ੍ਹਾਉਂਦੇ ਆ ਰਹੇ ਹੈ ਅਤੇ ਹਰ ਸਾਲ ਜਿਹੜਾ ਨਤੀਜਾ 100% ਰਹਿੰਦਾ ਹੈ। ਉਧਰ ਇਸ ਆਦਰਸ਼ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੇ ਕਿਹਾ ਕਿ ਉਹਨਾਂ ਲਈ ਸਕੂਲ 'ਚ ਹਰ ਉਹ ਆਧੁਨਿਕ ਸਹੂਲਤ ਹੈ ਜੋ ਕਿ ਇੱਕ ਚੰਗੇ ਪ੍ਰਾਈਵੇਟ ਸਕੂਲ 'ਚ ਹੁੰਦੀ ਹੈ, ਜਿਨ੍ਹਾਂ ਵਿੱਚ ਚੰਗੇ ਟੈਕਨੀਕਲ ਲੈਬ, ਲਾਇਬ੍ਰੇਰੀ, ਖੇਡ ਮੈਦਾਨ, ਪੀਣ ਦੇ ਪਾਣੀ ਦੀ ਸਹੂਲਤ ਅਤੇ ਚੰਗਾ ਵਾਤਾਵਰਣ ਸ਼ਾਮਲ ਹੈ। ਅਧਿਆਪਕ ਵੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਅਤੇ ਬੱਚਿਆਂ ਨੂੰ ਝਿੜਕਣ ਦੀ ਬਜਾਏ ਉਹਨਾਂ ਨੂੰ ਤਰੀਕੇ ਨਾਲ ਸਮਝਾਉਂਦੇ ਨੇ। ਮੁਝੇ ਟੀਚਰਸ ਕਾ ਵਿਵਹਾਰ ਬਹੁਤ ਅੱਛਾ ਲਗਾ, ਜੋ ਹਮਾਰੇ ਸਾਥ ਅੱਛੇ ਫਰੈਂਡਲੀ ਰਹਿਤੇ ਹੈ, ਉਨਕਾ ਸਮਝਾਨੇ ਕਾ ਤਰੀਕਾ ਬਹੁਤ ਅੱਛਾ ਹੈ ਕਿ ਜੋ ਟੀਚਰਸ ਹੈ ਵੋ ਬਹੁਤ ਹੀ ਜ਼ਿਆਦਾ ਅੱਛੇ ਹੈ, ਜੋ ਹਮੇ ਸਮਝਾਤੇ ਹੈ, ਹਮੇ ਬਹੁਤ ਜਲਦੀ ਸਮਝ ਆ ਜਾਤਾ ਹੈ। CBSE ਮੀਡੀਅਮ ਆ, ਵਧੀਆ ਪੜ੍ਹਾਈ ਹੈ, ਵਧੀਆ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੜ੍ਹਾਈ ਚੱਲ ਰਹੀ ਹੈ ਇੱਥੇ। ਗੌਰਤਲਬ ਹੈ ਕਿ ਇਸ ਸਕੂਲ ਵਿੱਚ ਗਰੀਬ ਪਰਿਵਾਰਾਂ ਦੇ 800 ਦੇ ਕਰੀਬ ਬੱਚੇ ਪੜ੍ਹਦੇ ਨੇ, ਬਾਵਜੂਦ ਇਸ ਦੇ ਇਹਨਾਂ ਬੱਚਿਆਂ ਦੇ ਨਤੀਜੇ ਚੰਗੇ ਅਧਿਆਪਕਾਂ ਅਤੇ ਸਕੂਲ ਦੇ ਚੰਗੇ ਵਾਤਾਵਰਣ ਕਾਰਨ ਵਧੀਆ ਆਉਂਦੇ ਨੇ। ਇੰਨਾ ਹੀ ਨਹੀਂ, ਖੇਡਾਂ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀ ਮੱਲਾਂ ਮਾਰ ਰਹੇ ਨੇ। ਬਠਿੰਡਾ ਤੋਂ ਕਿਰਨਜੀਤ ਰੋਮਾਨਾ ਦੇ ਨਾਲ ਇੰਡੀਆ ਨਿਊਜ਼ ਪੰਜਾਬ।
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਖੋਲ੍ਹੇ ਜਾ ਰਹੇ ਨੇ। ਇਸ ਦੇ ਤਹਿਤ ਮਾਨਸਾ ਦੇ ਦਸਬਾ ਬੋਹਾ ਦੇ ਸਰਕਾਰੀ ਸਕੂਲ ਵਿੱਚ ਸਥਾਪਿਤ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ। ਇਸ ਸਮਾਰਟ ਸਕੂਲ ਵਿੱਚ ਜਿੱਥੇ ਵੱਖ ਵੱਖ ਵਿਸ਼ਿਆਂ ਦੀਆਂ ਲੈਬਸ ਬਣੀਆਂ ਹੋਈਆਂ ਨੇ, ਉੱਥੇ ਸਰਕਾਰ ਵੱਲੋਂ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਗੌਰਮੈਂਟ ਫੰਡਡ ਸੈਲਫ ਮੇਡ 4 ਸਕੂਲਾਂ ਦੀ ਮਾਨਸਾ ਜ਼ਿਲ੍ਹੇ ਵਿੱਚ ਸਥਾਪਨਾ ਕੀਤੀ ਹੈ, ਪਰ ਕਸਬਾ ਬੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ। ਆਮ ਸਕੂਲਾਂ ਵਿੱਚ ਬੇਸ਼ੱਕ 6ਵੀਂ ਕਲਾਸ ਨੂੰ ਸਮਾਰਟ ਸਕੂਲ ਲਈ ਚੁਣਿਆ ਗਿਆ ਹੈ, ਪਰ 624 ਵਿਦਿਆਰਥੀਆਂ ਵਾਲੇ ਇਸ ਸਕੂਲ ਦੀ 6ਵੀਂ, 7ਵੀਂ ਅਤੇ 8ਵੀਂ ਜਮਾਤ ਨੂੰ ਸਮਾਰਟ ਕਲਾਸਾਂ ਲਈ ਤਿਆਰ ਕੀਤਾ ਜਾ ਰਿਹਾ। ਇਸ ਸਕੂਲ ਵਿੱਚ ਜਿੱਥੇ ਵਧੀਆ ਸਕੂਲ ਵਾਲੀ ਸਹੂਲਤਾਂ ਮੌਜੂਦ ਨੇ, ਉੱਥੇ ਹੀ ਆਰਟਸ, ਸਾਇੰਸ, ਕਾਮਰਸ, ਖੇਡਾਂ, ਵੱਖ ਵੱਖ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਆਲੀਸ਼ਾਨ ਲਾਇਬ੍ਰੇਰੀ ਵੀ ਮੌਜੂਦ ਹੈ। ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ। ਸਕੂਲ ਦੇ ਬਰਾਮਦਿਆਂ ਦੀਆਂ ਕੰਧਾਂ 'ਤੇ 6ਵੀਂ ਤੋਂ 10ਵੀਂ ਕਲਾਸ ਤੱਕ ਦਾ ਸਿਲੇਬਸ ਪੇਂਟਿੰਗ ਦੇ ਰੂਪ 'ਚ ਪ੍ਰਿੰਟ ਕੀਤਾ ਗਿਆ, ਜਿਸ ਦਾ ਵਿਦਿਆਰਥੀ ਭਰਪੂਰ ਲਾਹਾ ਲੈਂਦੇ ਨੇ। ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਕਿਹਾ ਕਿ ਸਕੂਲ ਦਾ ਸਾਰਾ ਸਟਾਫ ਵਿਦਿਆਰਥੀਆਂ ਨੂੰ ਸਹਿਯੋਗ ਦਿੰਦਾ ਹੈ, ਜਿਸ ਕਰਕੇ ਸਕੂਲ ਦਾ ਨਾਮ ਰੌਸ਼ਨ ਹੋ ਰਿਹਾ ਹੈ। ਅਤੇ ਇਸੇ ਸਦਕਾ ਬੁਢਲਾਡਾ ਤੋਂ ਨਾਮਵਰ ਸਕੂਲਾਂ ਦੇ ਬੱਚੇ ਸਾਡੇ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਲਈ ਦਾਖਲਾ ਲੈ ਰਹੇ ਨੇ। ਸਿੱਖਿਆ ਵਿਭਾਗ ਵੱਲੋਂ ਇੱਥੇ ਇੱਕ ਤਾਂ ਇੰਗਲਿਸ਼ ਮੀਡੀਅਮ ਸ਼ੁਰੂ ਕਰ ਦਿੱਤਾ ਹੈ 6ਵੀਂ, 7ਵੀਂ, 8ਵੀਂ ਤੋਂ, ਅਤੇ ਅਸੀਂ ਵੀ ਲਗਭਗ ਅੱਧੇ ਬੱਚਿਆਂ ਨੂੰ ਜਿਹੜਾ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਸਪੋਕਨ ਇੰਗਲਿਸ਼ ਦਾ ਅਤੇ ਸਬਜੈਕਟ ਵੀ ਇੰਗਲਿਸ਼ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ, ਵੀ ਤਾਂ ਕਿ ਅੱਗੇ ਜਾ ਕੇ ਬੱਚਿਆਂ ਨੂੰ ਪਲੱਸ 1-2 ਦੇ ਵਿੱਚ ਕੋਈ ਡਰ ਨਾ ਰਹੇ। ਜ਼ਿਆਦਾ ਬੱਚੇ ਜਿਹੜੇ ਹੈਗੇ ਨੇ ਉਹ ਸਾਇੰਸ ਜਾਂ ਕਮਰਸ ਗਰੁੱਪ ਦੇ ਵਿੱਚ ਪੜ੍ਹਨ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ। ਇੱਕ ਤਾਂ ਪ੍ਰੈਕਟੀਕਲ ਵਰਕ ਬਹੁਤ ਹੋ ਰਿਹਾ, ਐਕਟੀਵਿਟੀ ਬੇਸਡ ਲਰਨਿੰਗ ਹੋ ਰਹੀ ਹੈ ਇੱਥੇ। ਹਰ ਇੱਕ ਸਟਾਫ ਮੈਂਬਰ ਹੈ ਜਿਹੜਾ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੈ, ਉਹ ਐਕਟੀਵਿਟੀ ਬੇਸਡ ਪ੍ਰੈਕਟੀਕਲ ਕਰਵਾ ਕੇ ਬੱਚਿਆਂ ਨੂੰ ਸਮਝਾ ਰਿਹਾ। ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਇੱਥੇ ਮਿਲਦੀ ਹੈ। ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਦੇ ਵਧੀਆ ਪ੍ਰਬੰਧਨ ਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੋਂ ਖੁਸ਼ ਨੇ। ਉਹਨਾਂ ਸਰਕਾਰ ਦਾ ਸਕੂਲ ਨੂੰ ਸਮਾਰਟ ਸਕੂਲ ਦਾ ਰੁਤਬਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ 4ਵੇਂ ਸਕੂਲਾਂ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਤੇ ਇਹ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਮਿਹਨਤ ਨਾਲ ਸੰਭਵ ਹੋ ਸਕਿਆ। ਨਾਲ ਹੀ ਉਹਨਾਂ ਸਕੂਲ ਵਿੱਚ ਸਪੋਰਟਸ ਵਿੰਗ ਖੋਲ੍ਹਣ ਲਈ ਸਰਕਾਰ ਨੂੰ ਬੇਨਤੀ ਕੀਤੀ ਹੈ। ਸਾਡੇ ਸਟਾਫ ਦੀ ਅਤੇ ਸਾਡੀ ਗੌਰਮੈਂਟ, ਖਾਸ ਕਰ ਕੈਪਟਨ ਸਰਕਾਰ ਨੇ ਜਿਹੜਾ ਸਕੂਲਾਂ ਵੱਲ ਨਹੀਂ ਧਿਆਨ ਦਿੱਤਾ, ਮੈਂ ਤਾਂ ਇਹਨਾਂ ਦਾ ਬਹੁਤ ਹੀ ਰਿਣੀ ਹੈ। ਸਾਡਾ ਸਕੂਲ ਬੋਹਾ ਸਕੂਲ ਨੂੰ ਇੱਕ ਵਾਰੀ ਬਾਂਹ ਫੜੀ ਹੈ ਸਰਕਾਰ ਨੇ, ਸਮਾਰਟ ਸਕੂਲ ਐਲਾਨਿਆ, ਅਸੀਂ ਤਾਂ ਹੈਰਾਨ ਹਾਂ ਵੀ ਜਿੰਨੀ ਤਰੱਕੀ ਬੋਹਾ ਸਕੂਲ ਨੇ ਕੀਤੀ ਹੈ, ਕਿਉਂਕਿ ਮੈਂ ਇੱਥੇ ਆਉਂਦਾ ਜਾਂਦਾ ਰਹਿਣਾ, ਮੈਂ ਪੱਠਾ ਚਲਾਉਣਾ। ਵੈਸੇ ਮੈਨੂੰ ਜਦੋਂ ਵੀ ਆਵਾਜ਼ ਮਾਰਦੇ ਨੇ, ਕੋਈ ਵੀ ਸਾਨੂੰ ਕੰਮ ਦੱਸਦੇ ਨੇ, ਮੈਨੂੰ ਐਂ ਲੱਗਦਾ ਵੀ ਮੈਂ ਮੰਦਰ 'ਚ ਮੱਥਾ ਟੇਕਿਆ, ਵੀ ਸਾਡੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹੀ ਜਿਹੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਜੇ ਪੇਰੈਂਟਸ ਜ਼ਿੰਮੇਵਾਰੀ ਲੈਣ ਵੀ ਮੇਰਾ ਬੱਚਾ ਮੈਂ ਪੈਦਾ ਕੀਤਾ, ਮੈਂ ਇਹਦੀ ਕੇਅਰ ਕਰਨੀ ਆ, ਮੈਂ ਇਹਦੇ ਬਾਰੇ ਸੋਚਣਾ, ਮੈਂ ਸਕੂਲ ਜਾਣਾ, ਸਾਡੇ ਪੇਰੈਂਟਸ ਮੀਟਿੰਗ ਜ਼ਰੂਰ ਆ। ਇਹ ਸਰਕਾਰੀ ਜਿਹੜੇ ਅਦਾਰੇ ਨੇ ਉਹਨਾਂ ਨੂੰ ਇਹ ਲਾਜ਼ਮੀ ਕਰਨਾ ਚਾਹੀਦਾ। ਸਕੂਲ ਦੇ ਅਧਿਆਪਕ ਹਰ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਭਲਾਈ ਲਈ ਵਚਨਬੱਧ ਨੇ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦਾ ਸਮਾਰਟ ਸਕੂਲਾਂ ਦਾ ਵਿਚਾਰ ਬਹੁਤ ਵਧੀਆ ਹੈ, ਜਿਸ ਦੇ ਤਹਿਤ ਹਰ ਪ੍ਰਕਾਰ ਦੀ ਜਾਣਕਾਰੀ ਲਈ ਵਟਸਐਪ ਗਰੁੱਪ ਰਾਹੀਂ ਅਧਿਆਪਕ ਬੱਚਿਆਂ ਦੇ ਨਾਲ ਜੁੜੇ ਨੇ। ਉਹਨਾਂ ਕਿਹਾ ਕਿ ਸਕੂਲ ਨੂੰ ਦਾਨੀਆਂ ਤੋਂ ਮਿਲੀ ਮਾਲੀ ਮਦਦ ਬਹੁਤ ਕਾਰਗਰ ਸਾਬਤ ਹੋਈ ਹੈ, ਜਿਸ ਨਾਲ ਬੱਚੇ ਪੜ੍ਹਾਈ ਤੇ ਹੋਰ ਖੇਤਰਾਂ ਵਿੱਚ ਵਧੀਆ ਪ੍ਰਾਪਤੀ ਕਰ ਰਹੇ ਨੇ। ਇਹ ਜੋ ਸਰਕਾਰ ਦਾ ਸਮਾਰਟ ਸਕੂਲ ਦਾ ਕਨਸੈਪਟ ਹੈ, ਬਹੁਤ ਵਧੀਆ ਕਨਸੈਪਟ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਾਡੇ ਸਕੂਲਾਂ ਦੀ ਲੋੜ ਹੈ, ਉਹ ਮੇਨ ਲੋੜ ਇਹ ਹੈ ਕਿ ਸਾਡੇ ਸਕੂਲਾਂ ਦੀ ਇੱਕ ਦਿੱਖ ਬਹੁਤ ਵਧੀਆ ਹੋਵੇ, ਜਿਹਦੇ ਨਾਲ ਬੱਚੇ ਸਾਡੇ ਸਕੂਲਾਂ ਵੱਲ ਅਟਰੈਕਟ ਹੋਣ। ਅਤੇ ਦੂਜੀ ਵੱਡੀ ਗੱਲ ਇਹ ਹੈ ਕਿ ਸਮੇਂ ਦੀ ਲੋੜ ਹੈ ਕਿ ਸਾਡੇ ਕੋਲ ਅੰਗਰੇਜ਼ੀ ਮਾਧਿਅਮ ਜ਼ਰੂਰੀ ਹੈ, ਕਿਉਂਕਿ ਇੰਗਲਿਸ਼ ਲੈਂਗੁਏਜ ਆਫ ਕਮਿਊਨੀਕੇਸ਼ਨ ਦੇ ਤੌਰ 'ਤੇ ਬਹੁਤ ਹੀ ਇੰਪੋਰਟੈਂਟ ਲੈਂਗੁਏਜ ਹੈ। ਤਾਂ ਸਾਡੇ ਸਕੂਲ ਦੇ ਵਿੱਚ ਸਮਾਰਟ ਸਕੂਲ ਬਣਨ ਦੇ ਨਾਲ ਜਦੋਂ ਇੰਗਲਿਸ਼ ਮੀਡੀਅਮ ਚੱਲ ਪਿਆ ਹੈ, ਤਾਂ ਬਹੁਤ ਸਾਰੇ ਬੱਚੇ ਜੋ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਸੀ, ਹੁਣ ਸਾਡੇ ਸਕੂਲਾਂ ਵੱਲ ਅਟਰੈਕਟ ਹੋਣੇ ਸ਼ੁਰੂ ਹੋ ਗਏ ਨੇ। ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ ਵੀ ਸਕੂਲ ਵਿੱਚ ਮਿਲਣ ਵਾਲੀ ਸਿੱਖਿਆ ਅਤੇ ਸਹੂਲਤਾਂ ਤੋਂ ਖੁਸ਼ ਨਜ਼ਰ ਆ ਰਹੇ ਨੇ। ਬੱਚੇ ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਹੋਰ ਐਕਟੀਵਿਟੀਜ਼ ਵਿੱਚ ਵੀ ਮੱਲਾ ਮਾਰ ਰਹੇ ਨੇ। ਵਿਦਿਆਰਥੀਆਂ ਨੇ ਕਿਹਾ ਕਿ ਇਸ ਸਕੂਲ ਵਿੱਚ ਸਾਨੂੰ ਦਿੱਤੇ ਜਾਣ ਵਾਲੇ ਟੌਪਿਕ ਕਲੀਅਰ ਕਰਵਾਏ ਜਾਂਦੇ ਨੇ। ਉਹਨਾਂ ਕਿਹਾ ਕਿ ਅਸੀਂ ਵਟਸਐਪ ਗਰੁੱਪ ਰਾਹੀਂ ਅਧਿਆਪਕਾਂ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਾਂ। ਪ੍ਰੈਕਟੀਕਲ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪ੍ਰਾਈਵੇਟ ਸਕੂਲਾਂ 'ਚ ਅਸੀਂ ਦੇਖਦੇ ਹਾਂ ਟੀਚਰ ਆ ਪ੍ਰੈਕਟੀਕਲ ਕਰਦਾ ਅਤੇ ਬੱਚੇ ਸਿਰਫ ਉਸਨੂੰ ਦੇਖਦੇ ਹਨ। ਪਰ ਸਪੈਸ਼ਲੀ ਬੁਢਲਾਡਾ 'ਚ ਟੀਚਰ ਨਹੀਂ ਹੈਗੇ ਜੀ ਕੰਪਲੀਟ ਜੀ। ਦੂਜੀ ਗੱਲ ਜੀ, ਇੱਥੇ ਮੈਥ ਵੀ ਟੀਚ ਕੀਤਾ ਜਾਂਦਾ ਜੀ, ਉੱਧਰ ਮੈਥ ਵੀ ਨਹੀਂ ਦਿੱਤਾ ਜਾਂਦਾ ਜੀ। ਜੋ ਇੱਥੋਂ ਦੀ ਟੀਚਰਸ ਦੀ ਟੀਮ ਹੈ ਉਹ ਇੰਨੀ ਜ਼ਿਆਦਾ ਹੈਲਪਫੁੱਲ ਹੈ ਅਤੇ ਹਮੇਸ਼ਾ ਮਦਦ ਦੇ ਲਈ ਨਾ ਅੱਗੇ ਹੀ ਰਹਿੰਦੇ ਨੇ ਅਤੇ ਸਾਨੂੰ ਇਹਨਾਂ ਦੀ ਸਪੋਰਟ ਹੈ। ਈਵਨ ਕਿ ਅਸੀਂ ਮੈਡੀਕਲ ਸਾਇੰਸ ਟੀਮ ਦੇ ਨਾਲ ਬਿਲੋਂਗ ਕਰਦੇ ਹਾਂ ਅਤੇ ਸਾਡੇ ਟੀਚਰਸ ਸਾਨੂੰ ਇਸ ਟੀਮ ਦੇ ਨਾਲ ਰਿਲੇਟਡ ਹੋਣ ਦੇ ਨਾਲ ਨਾਲ ਵੀ ਹੈਲਪ ਕਰਦੇ ਨੇ। ਇੱਥੇ ਟੀਚਿੰਗ ਬਹੁਤ ਵਧੀਆ ਸਰ, ਇੱਥੇ ਵੈਲ ਕੁਆਲੀਫਾਈਡ ਟੀਚਰਸ ਨੇਗੇ ਸਰ। ਪ੍ਰਾਈਵੇਟ ਸਕੂਲ 'ਚ ਸਰ ਇੰਨਾ ਵੈਲ ਟੀਚਿੰਗ ਨਹੀਂ ਹੈਗੀ ਸਰ, ਇੱਥੇ ਥੋਰੋਲੀ ਪੜ੍ਹਾਇਆ ਜਾਂਦਾ ਸਾਨੂੰ।
इनफैक्ट ये वन ऑफ द बेस्ट स्कूल ओवर सरकारी स्कूल, जितने भी मैंने स्कूल विजिट किए हैं भटिंडा में या मानसा में, जो अपने प्रिंसिपल साहब हैं इन्होंने जो एफर्ट लिया है, बाला को यूज़ किया है बिल्डिंग एज ए लर्निंग एड, या लैब्स अगर आप देखेंगे तो ये शायद इन प्राइवेट स्कूल्स में भी आप नहीं देख सकते। मानसा जिले विच पंजाब सरकार वालों खोले ए स्मार्ट स्कूल जिथे प्राइवेट स्कूलों नू मात पा रहे ने, उथे जेकर सिक्ख्या दे मौजूदा पद्धर नू कायम रखण तां ओह दिन भी दूर नहीं जदों मानसा जिले दे विद्यार्थी होर जिले नू पछाड़ के सिक्ख्या विच मोहरी होणगे। मानसा तो विनोद गोयल दे नाल इंडिया न्यूज़ पंजाब। पंजाब सरकार वालों खोले गए आदर्श स्कूल प्राइवेट स्कूलों नू भी पछाड़ रहे ने, क्योंकि इन्हां स्कूलों च जो सहूलतां मुहैया करवाईआं जा रहीआं ने ओह शायद प्राइवेट स्कूल च भी ना हो। देखो रिपोर्ट। सूबे च वैसे तां कई आदर्श स्कूल खोले गए ने, पर जो स्कूल तुसी इस समय अपनी टीवी स्क्रीन ते वेख रहे हो यह है फिरोजपुर दे सरहदी खेतर दे कस्बे मल्लावाल खास दा शहीद सुखविंदर सिंह सरकारी सीनियर सेकेंडरी स्मार्ट स्कूल। पंजाब सरकार अते स्थानक लोकां दी सहायता दे नाल स्कूल दी दिख नू बहुत ही सुंदर बनाया गया। स्कूल विच एजुसेट लैब, कंप्यूटर लैब, लाइब्रेरी, वोकेशनल रूम दा प्रबंध है। हरेक क्लासरूम दे विच सीसीटीवी कैमरे लगे हुए ने। विद्यार्थियों नू मेडिकल, नॉन मेडिकल, वोकेशनल कॉमर्स ते आर्ट्स विषयां दी पढ़ाई भी करवाई जांदी है। खेडां नू उत्साहित करन दे लई स्कूल दे विच वख-वख खेडां दे ग्राउंड भी ने। इस तों अलावा इस स्कूल दे विद्यार्थियों ने अकादमिक प्राप्तियां दे नाल नाल सह विद्यक गतिविधियां विच भी स्कूल दे नां नू राज पद्धर तक चमकाया होया। स्कूल दे प्रिंसिपल कोमल अरोड़ा ने दस्या कि उपरोक्त प्राप्तियां स्थानक लोकां दे सहयोग ते समूह स्टाफ दी सख्त मेहनत दा नतीजा है। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਹੈ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਕਿ ਇਸ ਪੂਰੀ ਟੀਮ ਦੇ ਵਿੱਚ ਕੰਮ ਕਰਕੇ। ਇਸ ਸਕੂਲ ਦੇ ਵਿੱਚ ਅਟਲ ਲੈਬ ਹੈ ਜੋ ਕਿ ਸਰਕਾਰੀ ਜ਼ਿਲ੍ਹੇ ਆਪਣੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਇਕੱਲੇ ਇੱਕੋ ਸਕੂਲ ਦੇ ਵਿੱਚ ਹੈ, ਜਿੱਥੋਂ ਦਾ ਪੂਰਾ ਫਾਇਦਾ ਬੱਚੇ ਜਿਹੜੇ ਇੱਥੋਂ ਦੇ ਉਠਾ ਕੇ ਪੰਜਾਬ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੇ ਆ। ਉਸ ਤੋਂ ਇਲਾਵਾ RO ਸਿਸਟਮ ਹੈ, ਪਾਣੀ ਪੀਣ ਦੇ ਲਈ ਪੂਰਾ ਫਰਨੀਚਰ ਹੈ, ਬੱਚਿਆਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਇਸ ਸਕੂਲ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਇਹ ਹੈ ਕਿ ਇੱਥੋਂ ਦਾ ਸਟਾਫ ਬਹੁਤ ਮਿਹਨਤੀ ਹੈ, ਐਕਸਟਰਾ ਕਲਾਸਾਂ ਸਵੇਰੇ ਵੀ ਲੈ ਰਹੇ ਹਾਂ, ਜਿਹੜੇ ਸ਼ਾਮ ਨੂੰ ਲਗਾ ਸਕਦੇ ਆ ਇੱਥੋਂ ਲੋਕਲ ਟੀਚਰ ਉਹ ਸ਼ਾਮ ਨੂੰ ਲਗਾ ਰਹੇ ਆ। ਇਹ ਸਾਡੇ ਸਾਰੇ ਸਟਾਫ ਦਾ ਇਹੀ ਤਨਦੇਹੀ ਦੇ ਨਾਲ ਤਿਆਰ ਕੀਤਾ ਹੋਇਆ ਕਿ ਇਸ ਸਕੂਲ ਨੂੰ ਪੰਜਾਬ ਦੇ ਵਿੱਚ ਅਸੀਂ ਮੋਹਰੀ ਸਕੂਲਾਂ ਦੇ ਵਿੱਚ ਲੈ ਕੇ ਆਉਣਾ ਹੈ। ਉਧਰ ਇਸ ਸਕੂਲ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਏ ਜਾਣ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਇਹ ਸਰਕਾਰੀ ਸਮਾਰਟ ਸਕੂਲ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੈ। ਇੱਥੇ ਦੇ ਸਕੂਲ ਨੇ ਬਹੁਤ ਹੀ ਮੱਲਾਂ ਮਾਰੀਆਂ ਨੇ ਅਤੇ ਸਾਰੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਸਾਡਾ ਸਕੂਲ ਜਿਹੜਾ ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਨੰਬਰ 'ਤੇ ਮੇਰੇ ਹਿਸਾਬ ਤਾਂ ਫਿਰੋਜ਼ਪੁਰ ਜ਼ਿਲ੍ਹੇ 'ਚ ਆ ਰਿਹਾ ਅਤੇ ਇੱਥੇ ਬਹੁਤ ਹੀ ਵਧੀਆ ਪੜ੍ਹਾਈ ਆ। ਸਾਡੇ ਪਹਿਲਾਂ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਬੱਚੇ, ਮਤਲਬ ਉੱਥੋਂ ਅਸੀਂ ਢਾ ਕੇ ਇੱਥੇ ਲਾਏ, ਇੱਥੇ ਸਾਨੂੰ ਬਹੁਤ ਹੀ ਸਹੂਲਤਾਂ ਮਿਲਦੀਆਂ। ਜੋ ਅਸੀਂ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਚੁੱਕੇ ਹਾਂ ਉਹਨਾਂ ਨਾਲੋਂ ਇੱਥੇ ਪੜ੍ਹਾਈ ਬਹੁਤ ਵਧੀਆ ਹੈ, ਸਹੂਲਤਾਂ ਵੀ ਸਾਨੂੰ ਇੱਥੇ ਬਹੁਤ ਮਿਲ ਰਹੀਆਂ ਹਨ ਪ੍ਰਾਈਵੇਟ ਸਕੂਲ ਨਾਲੋਂ ਜ਼ਿਆਦਾ। ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਇੱਕਮਾਤਰ ਸਰਕਾਰੀ ਸਕੂਲ ਹੈ ਜਿੱਥੇ ਭਾਰਤ ਸਰਕਾਰ ਵੱਲੋਂ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਵੀ ਕੀਤੀ ਗਈ ਹੈ, ਜਿਸ ਦੀ ਵਰਤੋਂ ਕਰਦੇ ਇਸ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੱਕ ਕਈ ਮੱਲਾਂ ਮਾਰੀਆਂ ਹਨ। ਸੈਸ਼ਨ 2018-19 ਦੌਰਾਨ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ, ਜਿਸ ਅਧੀਨ ਹਰੇਕ ਕਲਾਸ ਦੇ ਲਈ ਅੰਗਰੇਜ਼ੀ ਮਾਧਿਅਮ, ਸਮਾਰਟ ਕਲਾਸਰੂਮ, ਬਿਜਲੀ ਦੇ ਲਈ ਸੋਲਰ ਪੈਨਲ ਆਦਿ ਲਗਾਏ ਜਾ ਰਹੇ ਨੇ। ਫਿਰੋਜ਼ਪੁਰ ਤੋਂ ਰਾਜੇਸ਼ ਮਹਿਤਾ ਦੇ ਨਾਲ ਇੰਡੀਆ ਨਿਊਜ਼ ਪੰਜਾਬ। ਬੱਚਿਆਂ ਨੂੰ ਸਿੱਖਿਅਤ ਕਰਨ ਦਾ ਜਨੂੰਨ ਸੀ ਤੇ ਇਸੇ ਜਨੂੰਨ ਦੇ ਚਲਦੇ ਘਰ ਵਿੱਚ ਹੀ ਈਵਨਿੰਗ ਸਕੂਲ ਖੋਲ੍ਹਿਆ। ਅਸੀਂ ਗੱਲ ਕਰਦੇ ਹਾਂ ਮੁਕਤਸਰ ਵਿੱਚ ਮਹਿਲਾ ਕੌਂਸਲਰ ਰਿੰਪੀ ਬੱਤਰਾ ਦੀ, ਜਿਸ ਨੇ ਲੋੜਵੰਦਾਂ ਦੇ ਲਈ ਆਪਣੀ ਵਿਧਾਇਕ ਯੋਗਤਾ ਦਾ ਲਾਭ ਚੁੱਕਦੇ ਹੋਏ ਮੁਫਤ ਈਵਨਿੰਗ ਸਕੂਲ ਚਲਾ ਕੇ ਸਮਾਜ ਵਿੱਚ ਇੱਕ ਅਨੋਖੀ ਉਦਾਹਰਣ ਪੇਸ਼ ਕੀਤੀ ਹੈ, ਜਿਸ ਦੇ ਚਲਦੇ ਉਹ ਲਗਭਗ 100 ਵਿਦਿਆਰਥੀਆਂ ਨੂੰ ਬਿਨਾਂ ਕਿਸੇ ਫੀਸ ਦੇ ਪੜ੍ਹਾ ਰਹੀ ਹੈ ਤੇ ਆਪਣੇ ਨਿੱਜੀ ਕਮਾਈ ਤੋਂ ਕੱਢੇ ਜਾਣ ਵਾਲੇ ਦਸਵੰਧ ਨਾਲ ਅਧਿਆਪਕਾਂ ਨੂੰ ਤਨਖਾਹ ਦੇ ਰਹੀ ਹੈ। ਬਿਨਾਂ ਕਿਸੇ ਲਾਲਚ ਦੇ 1 ਸਾਲ ਤੋਂ ਬੱਚਿਆਂ ਨੂੰ ਪੜ੍ਹਾ ਰਹੀ ਰਿੰਪੀ ਬੱਤਰਾ ਤੇ ਅਧਿਆਪਕ ਸਨਮ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਇਸ ਉਪਰਾਲੇ ਨਾਲ ਉਹਨਾਂ ਬੱਚਿਆਂ ਨੂੰ ਮਦਦ ਮਿਲਦੀ ਹੈ ਜੋ ਆਰਥਿਕ ਤੰਗੀ ਕਾਰਨ ਟਿਊਸ਼ਨ ਨਹੀਂ ਲੈ ਸਕਦੇ। ਨੋ ਸਰ, ਫੀਸ ਨਹੀਂ ਭਰ ਸਕਦੇ ਇਹਨਾਂ ਦੇ ਪੇਰੈਂਟਸ। ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇਹਦੇ ਨਾਲ ਜੁੜਿਆ ਨੂੰ? ਸਾਲ ਹੋ ਗਿਆ ਜੀ ਪੂਰਾ। ਹੋਰ ਕਿੰਨਾ ਚਿਰ ਤੁਹਾਨੂੰ ਲੱਗਦਾ ਵੀ ਤੁਸੀਂ ਇਹਨਾਂ ਸਰ ਅੱਗੇ ਵੀ ਕਰਵਾਉਂਗੇ ਮੈਂ? ਕੋਈ ਇਹਦਾ ਹਾਂ ਪੱਕੀ ਹੁੰਗਾਰਾ ਮਿਲਿਆ ਜੀ ਬੱਚਿਆਂ ਦੀਆਂ ਪ੍ਰੀਖਿਆਵਾਂ ਦੇ ਦੌਰਾਨ? ਬਿਲਕੁਲ ਸਰ, ਬਿਲਕੁਲ। ਕਈ ਬੱਚੇ ਬਹੁਤ ਵੀਕ ਸੀ, ਮੈਂ ਐਡਮਿਸ਼ਨਾਂ ਵੀ ਕਰਵਾ ਰਹੀ ਹਾਂ, ਕਈਆਂ ਦੇ ਸਕੂਲਾਂ ਵਿੱਚ ਜੋਬ ਨਹੀਂ ਕਰਵਾ ਸਕਦੇ ਮਾਂ ਪਾਪ, ਉਹਨਾਂ ਦੇ ਮੈਂ ਪੈਸੇ ਖੁਦ ਭਰ ਰਹੀ ਹਾਂ। ਤਕਰੀਬਨ ਸਾਲ ਹੋ ਗਿਆ ਜੀ। ਸਰ ਇਹਦੇ ਲਈ ਕੁਛ ਤੁਸੀਂ ਮੰਥਲੀ ਤੁਹਾਨੂੰ ਮਿਲਦਾ ਤੁਹਾਡਾ ਆਰਥਿਕਤਾ ਨੂੰ ਚਲਾਉਣ ਦੇ ਲਈ? ਨਹੀਂ, ਅਸੀਂ ਕੁੱਲ ਮਿਲਾ ਕੇ 2 ਸਰ ਅਤੇ 1 ਮੈਮ ਨੇ, ਨਾਲ ਦੇ 1 ਸਰ ਜਿਹੜੇ ਉਹ ਵੀ ਸਾਡੇ ਨਾਲ ਮੇਰੇ ਨਾਲ ਫ੍ਰੀ ਕਰਾ ਰਹੇ ਆ ਅਤੇ ਮੈਮ ਨੂੰ ਅਸੀਂ ਦੇ ਰਹੇ ਹਾਂ।
एक साल तो बिना फीस दे रोजाना पढ़न आ रहे इन्हां बच्चे ने इस मुफ्त इवनिंग स्कूल दी शलाघा कीती है। उन्हां कहे कि वो इस दा भरपूर लाहा ले रहे ने। मैं 1 अप्रैल तो आ रही हां। केड़ी क्लास है तुहाडी? मैं 10th क्लास थी हां। स्कूल केड़ा जी? मैं गवर्नमेंट गर्ल्स सोनी स्कंड स्कूल से पढ़दी। फीस असि कोई नहीं दे, सानू फ्री पढ़ाउंदे आ। केड़ी क्लास पढ़दे हो? 6वीं। बेटे इत्थे तुसी सारे बच्चे किन्ने चिर तो पढ़ रहे हो? 1 अप्रैल। किन्नी फीस लैंदे तुहाडे तो? जी फ्री पढ़ाउंदे आ जी। बहुत सारे बच्चे पढ़दे हन जी, किसे तो फीस नहीं लैंदे। जे लोड़ है तां रिंपी बत्रा वर्गे समाज सेवियां तो प्रेरणा लैण दी, तां जो असी भी अपनी निजी कमाई तो दसवंद कढ के मनुखता दी भलाई लई कारज कर सकीए। मुक्तसर साहिब तो AS शांत दे नाल इंडिया न्यूज़ पंजाब। सो ऐसी साडी खास पेशकश तुसी देखदे रहो इंडिया न्यूज़ पंजाब।